ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਜਵਾਹਰ ਨਵੋਦਿਆ ਵਿਦਿਆਲਿਆ ਜਮਾਤ 6ਵੀਂ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਸਵਾਲਾਂ ਦਾ ਅਭਿਆਸ ਕਰੀਏ। ਖੱਬੇ ਪਾਸੇ ਪ੍ਰਸ਼ਨ ਚਿੱਤਰ ਵਿੱਚ ਦਰਸਾਏ ਅਨੁਸਾਰ ਕਾਗਜ਼ ਦੇ ਇੱਕ ਟੁਕੜੇ ਨੂੰ ਤੈਅ ਕਰਕੇ ਮੋੜਿਆ ਅਤੇ ਪੰਚ ਕੀਤਾ ਗਿਆ ਹੈ ਅਤੇ ਸੱਜੇ ਪਾਸੇ ਵੱਲ ਏ ਬੀ ਸੀ ਅਤੇ ਡੀ ਚਾਰ ਉੱਤਰ ਚਿੱਤਰ ਦਰਸਾਏ ਗਏ। ਕਾਗਜ਼ ਦੇ ਟੁਕੜੇ ਦੀ ਤੈਅ ਨੂੰ ਖੋਲ੍ਹਣ 'ਤੇ ਉਹ ਜਿਵੇਂ ਦਿਖੇਗਾ ਉਹ ਜਿਹਾ ਹੀ ਚਿੱਤਰ ਉੱਤਰ ਚਿੱਤਰਾਂ ਵਿੱਚੋਂ ਚੁਣੋ। ਦਿੱਤੇ ਗਏ ਪ੍ਰਸ਼ਨ ਚਿੱਤਰ ਵਿੱਚ ਵਰਗਾਕਾਰ ਕਾਗਜ਼ ਦੇ ਟੁਕੜੇ ਦੀਆਂ ਚਾਰ ਤਹਾਂ ਬਣੀਆਂ ਹੋਈਆਂ ਹਨ ਅਤੇ ਉਸਦੇ ਇੱਕ ਕੋਨੇ 'ਤੇ ਪੰਚ ਕੀਤਾ ਗਿਆ ਹੈ। ਇਸ ਲਈ ਕਾਗਜ਼ ਨੂੰ ਖੋਲ੍ਹਣ 'ਤੇ ਚਾਰੋਂ ਕੋਨਿਆਂ 'ਤੇ ਇੱਕ ਇੱਕ ਪੰਚ ਦਾ ਨਿਸ਼ਾਨ ਬਣੇਗਾ। ਪ੍ਰਸ਼ਨ ਚਿੱਤਰ ਵਿੱਚ ਬਣਿਆ ਪੰਚ ਦਾ ਨਿਸ਼ਾਨ ਚਿੱਤਰ ਸੀ ਦੇ ਨਾਲ ਮੇਲ ਖਾਂਦਾ ਹੈ, ਇਸ ਲਈ ਆਪਸ਼ਨ ਸੀ ਸਹੀ ਜਵਾਬ ਹੈ। ਇਸ ਪ੍ਰਸ਼ਨ ਵਿੱਚ ਪ੍ਰਸ਼ਨ ਚਿੱਤਰ ਵਿੱਚ ਵਰਗਾਕਾਰ ਕਾਗਜ਼ ਦੇ ਟੁਕੜੇ ਦੀਆਂ ਚਾਰ ਤਹਾਂ ਬਣੀਆਂ ਹੋਈਆਂ ਹਨ ਅਤੇ ਤ੍ਰਿਭੁਜਾਕਾਰ ਪੰਚ ਦਾ ਨਿਸ਼ਾਨ ਹੈ। ਪ੍ਰਸ਼ਨ ਚਿੱਤਰ ਵਿੱਚ ਬਣਿਆ ਪੰਚ ਦਾ ਨਿਸ਼ਾਨ ਚਿੱਤਰ ਸੀ ਦੇ ਨਾਲ ਮੇਲ ਖਾਂਦਾ ਹੈ, ਇਸ ਲਈ ਆਪਸ਼ਨ ਸੀ ਸਹੀ ਜਵਾਬ ਹੈ। ਦਿੱਤੇ ਗਏ ਪ੍ਰਸ਼ਨ ਚਿੱਤਰ ਵਿੱਚ ਵਰਗਾਕਾਰ ਕਾਗਜ਼ ਦੇ ਟੁਕੜੇ ਦੀਆਂ ਚਾਰ ਤਹਾਂ ਬਣੀਆਂ ਹੋਈਆਂ ਹਨ ਅਤੇ ਇੱਕ ਅਰਧ ਗੋਲਾਕਾਰ ਪੰਚ ਦਾ ਨਿਸ਼ਾਨ ਹੈ। ਜਦੋਂ ਤਹਾਂ ਨੂੰ ਖੋਲ੍ਹਾਂਗੇ ਤਾਂ ਵਰਗਾਕਾਰ ਕਾਗਜ਼ ਦੇ ਦੋ ਕੋਨਿਆਂ 'ਤੇ ਇੱਕ ਦੂਜੇ ਤੋਂ ਉਲਟ ਗੋਲੇ ਬਣਨਗੇ, ਇਸ ਲਈ ਆਪਸ਼ਨ ਏ ਸਹੀ ਜਵਾਬ ਹੈ। ਇਸ ਪ੍ਰਸ਼ਨ ਵਿੱਚ ਪ੍ਰਸ਼ਨ ਚਿੱਤਰ ਵਿੱਚ ਵਰਗਾਕਾਰ ਕਾਗਜ਼ ਦੇ ਟੁਕੜੇ ਦੀਆਂ ਚਾਰ ਤਹਾਂ ਬਣੀਆਂ ਹੋਈਆਂ ਹਨ ਅਤੇ ਉਸਦੇ ਇੱਕ ਕੋਨੇ 'ਤੇ ਵਕਰ ਆਕਾਰ ਦੇ ਪੰਚ ਦਾ ਨਿਸ਼ਾਨ ਹੈ, ਇਸ ਲਈ ਕਾਗਜ਼ ਨੂੰ ਖੋਲ੍ਹਣ 'ਤੇ ਚਾਰੋਂ ਕੋਨਿਆਂ 'ਤੇ ਵਕਰ ਆਕਾਰ ਪੰਚ ਦਾ ਨਿਸ਼ਾਨ ਬਣੇਗਾ। ਪ੍ਰਸ਼ਨ ਚਿੱਤਰ ਵਿੱਚ ਬਣਿਆ ਪੰਚ ਦਾ ਨਿਸ਼ਾਨ ਚਿੱਤਰ ਸੀ ਦੇ ਨਾਲ ਮੇਲ ਖਾਂਦਾ ਹੈ, ਇਸ ਲਈ ਆਪਸ਼ਨ ਸੀ ਸਹੀ ਜਵਾਬ ਹੈ।